सत श्री अकाल। मैं तुहाडे नाल कृष्ण सिंह। श्री आनंदपुर साहिब की पवित्र धरती तो खालसाई जाहो जलाल का प्रतीक होला महला समाप्त हो चुकया है। तो अज आखिरी दिन से वड्डी गिणती में संगत गुरु घर नतमस्तक हुई। चार तस्वीर तुहाडी टीवी स्क्रीन पर ने केसगढ़ साहिब के लोगों ने मत्था टेकया तो संगत ने जिथे सीस अर्पित किया तो निहंग सिंह जथेबंदियों ने अपने जोहर दिखाए। वख वख तस्वीर वेख सकते हो। तो गुरु घर च वड्डे गिणती च संगत नतमस्तक हुई। जी पंजाब हरियाणा हिमाचल के पत्रकार समद प्रीत सिंह की रिपोर्ट वेखते हाँ। किस तरह की खुशी हो रही है? अहे खुशी महसूस कर रहे हैं गुरु घर दी। हां जी टेक लिया। हां मर टेक लिया। की अरदास मंगी? मरदास मंगी महाराज सरबत दा भला कर। सरबत दा भला मंगी दा। हर साल आने जा इस वारी है? हे ਜਦੋਂ ਦਾ ਮਹਾਰਾਜ ਨੇ ਸਾਨੂੰ ਗੱਡੀਆਂ ਦਿੱਤੀਆਂ ਅਸੀਂ ਉਦੋਂ ਦੇ ਆਉਂਦੇ ਹਾਂ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਅਸੀਂ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਦਾ ਹੀ ਸਿੱਖ ਕੌਮ ਨੂੰ ਕਿਹਾ ਸੀ ਵੀ ਹੋਲੀਆਂ ਛੱਡੋ ਅਤੇ ਮੱਲਿਆ ਲਓ, ਉਦੋਂ ਦੀਆਂ ਸੰਗਤਾਂ ਉਹ ਕੰਮ ਸਾਰੇ ਛੱਡ ਕੇ ਜਿਹੜੀਆਂ ਕਰੀਤੀਆਂ ਸੀ ਅਤੇ ਗੁਰੂ ਗੋਬਿੰਦ ਸਿੰਘ ਦੇ ਪਾਏ ਪੂਨੇ ਦੇ ਚੱਲਣ ਦਾ ਕਰਕੇ ਸਾਰੀਆਂ ਸੰਗਤਾਂ ਹੁੰਮ ਹੁੰਮ ਆ ਕੇ ਸਾਰੇ ਪੰਜਾਬ ਤੋਂ ਇੱਥੇ ਆਉਂਦੀਆਂ ਬਥੇਰੀਆਂ। ਕਈ ਕੋਝੀਆਂ ਹਰਕਤਾਂ ਕਰਦੇ ਆ ਵੀ ਕੋਈ ਵਾਲ ਕੱਟਿਆਂ ਵਾਲਾ ਆਉਂਦਾ, ਕੋਈ ਕਤਰਾ ਆਉਂਦਾ ਜਾਂ ਦੂਜੇ ਬੰਨੇ ਤੋੜਨ ਦੀ ਕਰਦੇ ਆ, ਪਰ ਉਹਨਾਂ ਦੇ ਮਨ ਨੂੰ ਉਦੋਂ ਬਹੁਤ ਸੱਟ ਪੁੱਜਦੀ ਆ ਵੀ ਜਦੋਂ ਸਿੱਖ ਕੌਮ ਹੋਲੇ ਮਹੱਲੇ 'ਤੇ ਇਕੱਠੀ ਹੁੰਦੀ ਆ ਅਤੇ ਲੋਕਾਂ ਨੂੰ ਦੱਸਦੀ ਆ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਆ। ਬੱਚੇ ਨਾਲ ਆਇਓ ਜਾਂ ਇਕੱਲੀ ਆਇਓ? ਪੁੱਤਰਾ ਮੇਰਾ ਵੀ ਨਾਲ ਆਇਆ ਵਾ, ਨੌਵੇਂ ਆਈਆਂ ਸਾਰੀ ਸੰਗਤ ਲਈ ਕੇ ਅਸੀਂ ਗੱਡੀਆਂ 'ਤੇ ਉਹਨੇ ਮਹਾਰਾਜ ਨੇ ਟਰੱਕ ਸਾਨੂੰ ਬਖਸ਼ਿਆ। ਇਤਿਹਾਸ ਤੋਂ ਜਾਣੂ ਫਿਰ ਪੋਤੇ ਨੂੰ? ਹਾਂ ਸਾਰਾ ਜਾਣੂ ਆ ਜੀ, ਜਦੋਂ ਜਾਂਦਾ ਆਪਾਂ ਪੁੱਤਾਂ ਨੂੰ ਲੈ ਕੇ ਆਵਾਂਗੇ ਅਤੇ ਇਹ ਜਾਣੂ ਹੋਣਗੇ। ਹਾਂਜੀ ਖੁਸ਼ੀ ਦਿੱਤੀ ਆ ਤੇ ਹੋਣਾ ਹੀ ਹੋਣਾ ਹੁੰਦੇ ਮਹਾਰਾਜ ਨੂੰ ਬੜਾ ਕੋਈ ਘਾਟਾ ਹੀ ਨਹੀਂ ਹੈ ਜੀ ਦਾ ਬੜਾ ਕੋ जरूर। तुसीं देख सकदे हो कि दूरों दराडो जिहड़ी संगत आ उह चल के आ रही है। गल माझे दी कर लईए, मालवे दी कर लईए, चाहे दुआबे दी क्यों ना कर लईती जावे, तां जरूर होले महल्ले दे उत्ते संगतां ने जिहड़ियां इकट्ठियां होईआं ने ते होले महल्ले दा जिहड़ा आनंद ने उह माण रहीआं ने ते नाल ही सरबत दे भले दी, जिस तरह नाल पहलां वी दस्सिआ कि सरबत दे भले दी अरदास आ जिहड़ी उह संगतां वल्लों कीती जा रही है। इस दिहाड़े मौके संगतां ने बेदबी का भी जिक्र किया कि वड्डी गिणती च पंजाब गुरुआ की धरती से बेदबी दियां कोझियां हरकतां हो रही ने, सरकार नूं भी अपील की गई। ਜੇਕਰ ਰੰਗਾਂ ਦੀ ਗੱਲ ਕੀਤੀ ਜਾਵੇ ਤਾਂ ਅਨੰਦਪੁਰ ਸਾਹਿਬ ਆ ਜਿਹੜਾ ਹੋਲੇ ਮਹੱਲੇ ਦੇ ਇਹਦਾ ਤਿੰਨਾਂ ਦਿਨਾਂ ਦੇ ਵਿੱਚ ਲਗਾਤਾਰ ਰੰਗਿਆ ਹੋਇਆ ਹੈ। ਇਹਨਾਂ ਦਾ ਜਿਹੜਾ ਸਲਾਬ ਆ ਉਹ ਇਸ ਵਕਤ ਇੱਥੇ ਪਹੁੰਚਿਆ ਹੋਇਆ ਕਿ ਦੂਰੋਂ ਦਰਾਡੋ ਜਿਹੜੀਆਂ ਸੰਗਤਾਂ ਨੇ ਉਹ ਨਤਮਸਤਕ ਹੋਣ ਦੇ ਲਈ ਇੱਥੇ ਪਹੁੰਚੀਆਂ ਨੇ ਅਤੇ ਨਾਲ ਹੀ ਦੱਸ ਦੇਣਾ ਚਾਹੁੰਦੇ ਹਾਂ ਕਿ ਸ਼ਾਇਦ 2 ਸਾਲਾਂ ਬਾਅਦ ਇਸ ਵਾਰ ਜਿਹੜਾ ਅਨੰਦਪੁਰ ਸਾਹਿਬ ਆ ਉਹ ਰੰਗਾਂ ਦੇ ਨਾਲ ਰੰਗਿਆ ਗਿਆ ਅਤੇ ਉਸੇ ਨਾਲ ਜਕਾਰੇ ਜਿਸ ਤਰ੍ਹਾਂ ਨਾਲ ਪਹਿਲਾਂ ਜਕਾਰੇ ਲੱਗਦੇ ਸਨ ਤਾਂ ਉਸੇ ਤਰ੍ਹਾਂ ਨਾਲ ਇਸ ਇੱਕ ਵਾਰੀ ਫਿਰ ਜਿਹੜੀ ਅਨੰਦਪੁਰ ਸਾਹਿਬ ਦੀ ਧਰਤੀ ਹੈ ਜਿਹੜੀ ਉਹ ਜਕਾਰੇ ਨਾਲ ਗੂੰਜ ਉੱਠੀ ਹੈ। ਇਸ ਸਾਲ ਦੇ ਵਿੱਚ ਕੀ ਫਰਕ ਹੈ? ਇਸ ਸਾਲ ਪਿਛਲੇ ਸਾਲਾਂ ਦੇ ਕਿਉਂਕਿ ਕੋਰੋਨਾ ਨੇ ਕਾਫੀ ਅਸਰ ਪਾਇਆ ਸੀਗਾ, ਇਸ ਸਾਲ ਬਹੁਤ ਜ਼ਿਆਦਾ ਸੰਗਤ ਭਰੀ ਹੈ ਅਤੇ ਉਹ ਜਿਹੜੀ ਖਾਲਸਾਈ ਵਿਰਾਸਤ ਉਹ ਇਸ ਵੇਲੇ ਇੱਥੇ ਦਿਖਦੀ ਪਈ ਆ। ਔਰਨ ਕੀ ਹੋਲੀ ਮਮ ਹੋਲਾ ਕਹਿਓ ਕਿਰਪਾ ਨੇ ਤਾਂ ਬਚਨ ਅਮੋਲਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜਿਹੜੀ ਸੂਰਮ ਗਤੀ ਬਖਸ਼ਿਸ਼ ਕੀਤੀ, ਜਿਹੜਾ ਉਹ ਰੰਗ ਬਖਸ਼ਿਸ਼ ਕੀਤਾ ਚੜ੍ਹਦੀ ਕਲਾ ਵਾਲਾ, ਉਹ ਇੱਥੇ ਹੋਲੇ ਮਹੱਲੇ ਦੇ ਵਿੱਚ ਸਾਨੂੰ ਪ੍ਰਤੀਤ ਹੁੰਦਾ। ਉਹ ਜਜ਼ਬਾ ਬਖਸ਼ਿਸ਼ ਕੀਤਾ ਕਿ ਗੁਰੂ ਸਾਹਿਬ ਜੀ ਦੀ ਆਨ ਸ਼ਾਨ ਦੇ ਵਾਸਤੇ ਗੁਰੂ ਸਾਹਿਬ ਜੀ ਦੇ ਜਿੱਦਾਂ ਆਪਾਂ ਦੇਖਦੇ ਹਾਂ ਅਨੰਦਪੁਰ ਦੀ ਧਰਤੀ ਹੈ ਜਿਹੜੀ ਫਿਰ ਤੋਂ ਜਕਾਰਿਆਂ ਦੇ ਨਾਲ ਗੂੰਜ ਉੱਠੀ ਹੈ, ਰੰਗਾਂ ਦੇ ਨਾਲ ਭਰੀ ਗਈ ਹੈ ਇਸ ਵਾਰ। ਬਿਲਕੁਲ ਜੀ, ਗੁਰੂ ਸਾਹਿਬ ਜੀ ਦਾ ਬਚਨ ਹੈ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ, ਲਾਲ ਰੰਗ ਤਿਸ ਕੋ ਲਗਾ ਤਿਸ ਕੇ ਵਡ ਭਾਗਾ। ਸੋ ਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ ਜੈਕਾਰੇ ਗੂੰਜਦੇ ਪਏ ਨੇ ਚੜ੍ਹਦੀ ਕਲਾ ਦੇ ਵਿੱਚ ਹੋਲੇ ਮਹੱਲੇ ਦੇ ਮੌਕੇ ਦੇ ਉੱਤੇ। ਇੱਥੇ ਆਪ ਜੀ ਦੇਖ ਰਹੇ ਹੋ ਚਾਰੇ ਪਾਸੇ ਇੱਕ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਘੱਟੋ ਘੱਟ 24 ਘੰਟਿਆਂ ਦੇ ਵਿੱਚ 24 ਮਿੰਟ ਇੱਕ ਘੜੀ ਦੇ ਆਪਾਂ ਚੌਰ ਸਾਹਿਬ ਕਰ ਲਈਏ, ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਗਈਆਂ, ਉੱਥੇ ਹੀ ਜੋ ਬੇਦਬੀਆਂ ਦਾ ਬਹੁਤ ਤੋਂ ਵੱਡਾ ਮਸਲਾ ਹੈ ਉਹਨੂੰ ਵੀ ਆਪਾਂ ਰੋਕ ਸਕਦੇ ਹਾਂ। ਕਿਉਂਕਿ ਸਭ ਤੋਂ ਵੱਡਾ ਪੰਥਕ ਮਸਲਾ ਜੇ ਇਸ ਵੇਲੇ ਹੈ ਤੇ ਜੋ 400 ਤੋਂ ਵੱਧ ਵਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜਾਬ 'ਚ ਬੇਦਬੀਆਂ ਹੋਈਆਂ ਨੇ ਉਹ ਸਭ ਤੋਂ ਗੰਭੀਰ ਮਸਲਾ ਹੈ ਤੇ ਉਹਨੂੰ ਰੋਕਣ ਦੇ ਵਾਸਤੇ ਜਿੱਥੇ ਅਸੀਂ ਸਰਕਾਰਾਂ ਨੂੰ ਕਹਿੰਦੇ ਹਾਂ ਹੋਰ ਜਥੇਬੰਦੀਆਂ ਨੂੰ ਕਹਿੰਦੇ ਹਾਂ ਉੱਥੇ ਆਪ ਸੇਵਾ ਕਰ ਲਈਏ ਤੇ ਚੜ੍ਹਦੀ ਕਲਾ ਹੋਏਗੀ ਤੇ ਹੋਲੇ ਮਹੱਲੇ ਦੀਆਂ ਰੌਣਕਾਂ ਹੋਰ ਅੱਗੇ ਵਧਣ। ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਨਿਹੰਗ ਸਿੰਘ ਨੇ ਜਿਹੜੇ ਉਹ ਗੱਤਕਾ ਖੇਡ ਰਹੇ ਨੇ ਗੁਰੂ ਦੀ ਲਾਡਲੀਆਂ ਫੌਜਾਂ ਨੇ ਜਿਹੜਾ ਆਪਣੇ ਜ਼ੋਰ ਦਿਖਾਉਣਾ ਨੇ ਉਹ ਸ਼ੁਰੂ ਕਰ ਦਿੱਤਾ ਹੈ ਤੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ
कि किस तरह नाल संगतां दा जिहड़ा सैलाब आ नतमस्तक होंदे नहीं पहुंचा ते गतका विशेष तौर दे उत्ते जो हमेशा ही होले महल्ले दा खिचड़ा केंद्र बनता आया जिहड़े उह लगातार अपने कत्तबबाजियां ते गतका जिहड़ा खेड के उह विखा रहे ने ते इस दे नाल ही तुहानूं दस देना चाहुंदे आ कि जिस तरह नाल भाई साहब ने भी दस्सिया है कि ओरन की होली खालसे का होला ता जरूर है गुरु गोबिंद सिंह साहब ने होला महल्ला जिस तरह नाल प्रचलित किया। तो होले महल्ले के आखिरी दिन नहिंग सिंह जथेबंदियों ने इस दिन की महत्ता दसी तो वड्डी गिणती विच नहिंग सिंह शस्त्र अस्त्र घोड़ियां दे नाल दिखाई दिते। सो तीन तस्वीर तुसी वेख सकते हो कि इस दिहाड़े दे मौके जिथे आरंभता चरण गंगा स्टेडियम तो की गई तो नहिंग सिंह घोड़े हाथियों के नाल ट्रैक्टर ते चढ़ के गंगा स्टेडियम वल वधे। होले महल्ले की समाप्ति मौके वड्डी गिणती जिथे संगत नतमस्तक हुई उत्थे नहिंग सिंह जथेबंदियों के हैरत अंगाज करतब देखने को मिले जिथे शस्त्र अस्त्रां की अहमियत समझाई गई। अज के युग के जिथे पिस्टल ते रिवॉल्वरां दा जिहड़ा चर्चा सब तो वड्डे पद्धर ते रहिंदी आ पर पुराने समय के जंगा किवें लड़ियां जांदियां सी पुराने समय के अस्त्र ते शस्त्र अहमियत रखते सी शस्त्र ओह जिहड़े कि फिजिकली लड़ाई च लड़े जांदे ने ते अस्त्र ओह जिहड़े दूर तो निशाने के तौर पर वरते जांदे ने ਦੇ ਜਿਹੜੇ ਖਿੱਚ ਦੇ ਕੇਂਦਰ ਬਣਦੇ ਨੇ ਨਿਹੰਗ ਸਿੰਘ ਅਤੇ ਉਹਨਾਂ ਦੇ ਸ਼ਸਤਰ ਗੱਲਬਾਤ ਕਰ ਲੈਂਦੇ ਇੱਥੇ ਨਿਹੰਗ ਸਿੰਘ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡਾ ਨਾਮ ਕੀ ਹੈ ਅਤੇ ਇਹ ਜਿਹੜਾ ਹੱਥ 'ਚ ਫੜਿਆ ਸ਼ਸਤਰ ਦਾ ਨਾਮ ਕੀ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਜਸਪਾਲ ਸਿੰਘ ਮੇਰੀ ਪੀਰੀ ਗੱਤਕਾ ਅਕੈਡਮੀ ਦਿੱਲੀ ਤੋਂ ਹੈਗੇ ਹਾਂ ਜੀ। ਜਿਹੜਾ ਸ਼ਸਤਰ ਹਾਥੀ 'ਚ ਫੜਿਆ ਗਿਆ ਇਹ ਤੀਰ ਕਮਾਨ ਹੈਗਾ, ਇਹਨੂੰ ਪੁਰਾਤਨ ਰਵਾਇਤ ਦਾ ਹੀ ਸ਼ਸਤਰ ਹੈ, ਇਹਨੂੰ ਅਸੀਂ ਕੰਪਾਊਂਡ ਬੋ ਕਹਿ ਸਕਦੇ ਹਾਂ। ਜਿਸ ਤਰ੍ਹਾਂ ਕਿ ਪੁਰਾਤਨ ਰਵਾਇਤਾਂ ਦੇ ਸ਼ਸਤਰ ਦੇ ਅੰਦਰ, ਪੁਰਾਤਨ ਤੀਰ ਕਮਾਨ ਦੇ ਅੰਦਰ ਜਦੋਂ ਆਪਾਂ ਉਹਦੀ ਤੜ ਖਿੱਚਦੇ ਹੁੰਦੇ ਸੀਗੇ, ਇੱਕ ਸਾਡੇ ਉਂਗਲਾਂ 'ਤੇ ਸਾਡੇ ਮੋਢੇ 'ਤੇ ਬਹੁਤ ਜ਼ੋਰ ਪੈਂਦਾ ਹੁੰਦਾ ਸੀਗਾ, ਅਤੇ ਇਸ ਨੂੰ ਉਸੇ ਤਰੀਕੇ ਦਾ ਸ਼ਸਤਰ ਹੈਗਾ, ਮੋਡੀਫਾਈ ਕਰਕੇ ਇਹਨੂੰ ਕਮਾਨ ਬਣਾਈ ਗਈ, ਇਹਨੂੰ ਕਹਿੰਦੇ ਕੰਪਾਊਂਡ ਮੋਡੀਫਿਕੇਸ਼ਨ ਕਰਕੇ, ਜਿਹੜੀ ਤੀਰ ਕਮਾਨ ਦੀ ਉਹ ਮੋਡੀਫਿਕੇਸ਼ਨ ਕਰਕੇ ਇਹਨੂੰ ਨਾਮ ਦਿੱਤਾ ਗਿਆ ਕੰਪਾਊਂਡ ਬੋ। ਕੰਪਾਊਂਡ ਦਾ ਮਤਲਬ ਹੁੰਦਾ ਛੋਟਾ ਅਤੇ ਬੋ ਤੀਰ ਕਮਾਨ, ਠੀਕ ਹੈ ਜੀ। ਇਹਨੂੰ ਅਸੀਂ ਕੰਪਾਊਂਡ ਬੋ ਕਹਿੰਦੇ ਹਾਂ। ਜਿਹੜੀ ਇਹਦੀ ਤੜ ਹੈਗੀ ਹੈ ਉਹ ਇੱਕ ਆਮ ਤੀਰ ਕਮਾਨ ਤੋਂ ਬਹੁਤ ਜ਼ਿਆਦਾ ਹੁੰਦੀ ਹੈ, 10 ਗੁਣਾ ਜ਼ਿਆਦਾ ਹੁੰਦੀ ਹੈ। ਜਿਹੜਾ ਆਮ ਤੀਰ ਕਮਾਨ ਹੁੰਦਾ ਉਹ ਤਕਰੀਬਨ 1 ਜਾਂ 2 ਟੰਕ ਦਾ ਹੁੰਦਾ, ਇਹ ਜੀ 20 ਟੰਕੀ ਹੈਗਾ, ਠੀਕ ਹੈ ਜੀ। ਇਹਦਾ ਵਰਤੋਂ ਇਹ ਹੁੰਦੀ ਹੈ ਕਿ ਜੰਗਾਂ ਯੁੱਧਾਂ ਦੇ ਅੰਦਰ ਜਿਵੇਂ ਦੁਸ਼ਮਣ ਘੋੜਿਆਂ 'ਤੇ ਹਾਥੀਆਂ 'ਤੇ ਬੈਠੇ ਹੁੰਦੇ ਸੀਗੇ, ਉਸ ਸਮੇਂ ਦੇ ਅੰਦਰ ਤੀਰ ਕਮਾਨ ਦੀ ਵਰਤੋਂ ਕੀਤੀ ਜਾਂਦੀ ਸੀਗੀ। ਇੱਕ ਹੁੰਦਾ ਸ਼ਸਤਰ ਅਤੇ ਇੱਕ ਹੁੰਦਾ ਅਸਤਰ। ਸ਼ਸਤਰ ਉਹ ਹੁੰਦਾ ਜਿਹੜਾ ਜੰਗ ਵਿੱਚ ਹੱਥੋਂ ਹੱਥੀ ਲੜਾਈ ਵਿੱਚ ਕੰਮ ਆਉਂਦਾ, ਅਸਤਰ ਉਹ ਹੁੰਦਾ ਜਿਹੜਾ ਦੂਰੋਂ ਮਾਰਨ ਦੇ ਕੰਮ ਆਉਂਦਾ, ਅਤੇ ਇਸੇ ਰਵਾਇਤ ਦਾ ਇਹ ਸ਼ਸਤਰ ਹੈਗਾ, ਇਹਨੂੰ ਤੀਰ ਕਮਾਨ ਕਹਿੰਦੇ ਆ ਜੀ। ਕਈ ਆਪਣੇ ਪ੍ਰੇਮੀ ਕਹਿੰਦੇ ਅਸੀਂ ਮਾਡਰਨ ਤਰੀਕੇ ਦੇ ਤੀਰ ਕਮਾਨ ਨੂੰ ਆਪਣੇ ਰਵਾਇਤੀ ਸ਼ਸਤਰ ਨਹੀਂ ਕਹਿ ਸਕਦੇ। ਕਿਉਂ ਨਹੀਂ ਕਹਿ ਸਕਦੇ? ਸਮੇਂ ਅਨੁਸਾਰ ਸ਼ਸਤਰਾਂ ਦੀ ਵਰਤੋਂ ਅਤੇ ਸ਼ਸਤਰ ਚੇਂਜ ਹੋਏ ਆ, ਠੀਕ ਹੈ ਜੀ। ਉਸ ਸਮੇਂ ਜੋ ਉਸ ਸਮੇਂ ਦੇ ਸ਼ਸਤਰ ਹੁੰਦੇ ਸੀਗੇ ਉਹ ਵੀ ਨਮਸਕਾਰ ਸ਼ਸਤਰ, ਗੁਰੂ ਸਾਹਿਬ ਨੇ ਹੁਕਮ ਕੀਤਾ, ਅਸੀਂ ਤਾਂ ਕਹਿ ਨਹੀਂ ਸਕਦੇ। ਗੁਰੂ ਸਾਹਿਬ ਨੇ ਕਿਹਾ ਜਿੱਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ, ਜਿੱਤੇ ਅਸਤਰ ਭੇਅੰਗ ਨਮਸਕਾਰ ਤਿਅੰਗ। ਮਹਾਰਾਜ ਦੀ ਬਾਬਾ ਜੀ ਜੇਕਰ ਗੱਲ ਕੀਤੀ ਜਾਵੇ ਕਿੰਨੀ ਕੁ ਦੂਰ ਜਾ ਕੇ ਇਹ ਤੀਰ ਵੱਜਦਾ? ਜਿਹੜੀ ਮਾਰ ਹੈਗੀ ਹੈ 500 ਮੀਟਰ ਦੀ ਮਾਰ ਹੈ, ਤੀਰ ਗਾਹਾਂ 1 ਕਿਲੋਮੀਟਰ ਤੱਕ ਲੰਘ ਜਾਂਦਾ ਹੁੰਦਾ। ਮਾਰ ਕਹਿੰਦੇ ਜਿੱਥੇ ਦੁਸ਼ਮਣ ਦੇ ਅੰਦਰ ਤੀਰ ਵੜਨਾ ਉਹਨੂੰ ਮਾਰ ਕਹਿੰਦੇ ਆ। 100-70 ਮੀਟਰ ਦਾ ਇਹਦਾ ਨੈਸ਼ਨਲ ਟਾਰਗੇਟ ਹੈ, ਜਦੋਂ ਅਸੀਂ ਨੈਸ਼ਨਲ ਟਾਰਗੇਟ ਅਸੀਂ ਆਪਣਾ ਓਲੰਪਿਕ ਵਗੈਰਾ ਵਿੱਚ ਵੀ ਦੇਖਦੇ ਹੁੰਦੇ ਹਾਂ। ਪੂਰ ਨਿਹੰਗ ਜਥੇਬੰਦੀਆਂ ਵੱਲੋਂ ਜਿਹੜੇ ਅਲੱਗ ਅਲੱਗ ਆਪਣੇ ਸ਼ਸਤਰ ਦੇ ਉਹ ਦੇਖੇ ਜਾਂਦੇ ਨੇ, ਤਾਂ ਇੱਕ ਤੀਰ ਕਮਾਨ ਜਿਹੜਾ ਮਾਡਰਨ ਤਰੀਕੇ ਦਾ ਜਿਹੜਾ ਤੀਰ ਕਮਾਨ ਆ ਉਹ ਜ਼ਰੂਰ ਇੱਕ ਵਾਰੀ ਨਿਹੰਗ ਸਿੰਘ ਨੇ ਜਿਹੜੇ ਉਹ ਚਲਾ ਕੇ ਦਿਖਾ ਰਹੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਜੈਕਾਰਾ ਲਾ ਕੇ ਜਿਹੜਾ ਤਿਕੋਣਾ ਛੱਡਿਆ ਪਰਲੇ ਪਾਸੇ, ਤੇ ਇਹ ਸ਼ਸਤਰ ਜਿੱਥੇ ਵੀ ਜਾ ਕੇ ਡਿੱਗੇਗਾ ਤੀਰ, ਇਹ ਹਵਾਈ ਜਹਾਜ਼ ਵਾਂਗੂ ਲੈਂਡ ਹੋ ਕੇ ਡਿੱਗਿਆ, ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਏਗਾ। ਅੱਛਾ, ਤੀਰਾਂ ਦੀ ਵੀ ਇੱਕ ਬਣਤਰ ਅਲੱਗ ਹੁੰਦੀ ਆ, ਤੀਰ ਦੇਖ ਸਕਦੇ ਕਿ ਤੀਰਾਂ ਦੀ ਬਣਤਰ ਕਿਸ ਤਰ੍ਹਾਂ ਨਾਲ, ਤੀਰਾਂ ਦੇ ਜ਼ਰੂਰ ਇੱਕ ਵਾਰੀ ਇਹਨੂੰ ਗੁਰੂ ਸਾਹਿਬ ਕਹਿੰਦੇ ਨਿਰਿਆਲਾ ਤੀਰ, ਠੀਕ ਹੈ ਜੀ। ਇਹ ਉਸੇ ਪ੍ਰਕਾਰ ਦਾ ਤੀਰ ਮਾਡਰਨ ਤਰੀਕੇ ਦਾ ਆ ਗਿਆ, ਇਹ 10 ਗ੍ਰਾਮ ਦਾ ਤੀਰ ਹੈ। ਜਿੱਡੀ ਮਰਜ਼ੀ ਹਵਾ ਚੱਲਦੀ ਹੋਏ ਇਸ ਤੀਰ ਨੇ ਹਵਾ ਨੂੰ ਚੀਰਦਿਆਂ ਆ ਆਪਣੀ ਜਗ੍ਹਾ 'ਤੇ ਪਹੁੰਚਣਾ, ਟਾਰਗੇਟ 'ਤੇ ਲੱਗਣਾ। ਇਹਨੂੰ ਕਹਿੰਦੇ ਨਿਰਿਆਲਾ ਤੀਰ, ਇਹ ਜਿੱਥੇ ਜਾ ਕੇ ਵੜੇਗਾ ਅੰਦਰੋਂ ਆਂਦਰਾ ਲੈਂਦਾ ਬਾਹਰ ਆਏਗਾ, ਠੀਕ ਹੈ ਜੀ। ਬਾਹਰ ਕੱਢਦੇ ਤਾਂ ਆਂਦਰਾ ਬਾਹਰ ਲੈ ਆਉਂਦਾ। ਸਰਜੀ ਦੀ ਬਲੇਡ ਲੱਗ ਕੇ ਇੱਕ ਮਾਡਰਨ ਤਰੀਕੇ ਦਾ ਕਮਾਨ ਬਣੀ ਹੈ, ਤੀਰ ਬਣਿਆ, ਠੀਕ ਹੈ ਜੀ। ਇਹ ਉਸੇ ਤਰੀਕੇ ਜਿੱਥੇ ਜਾ ਕੇ ਵੜੇਗਾ ਇਹ 3 ਮੂਹੀ ਡਿਜ਼ਾਇਨ ਬਣਾ ਦੇਗਾ, ਉੱਥੇ ਲਾਈ ਜਾਓ ਟੰਗੇ। ਇਹ ਵੀ ਇੱਕ ਬਹੁਤ ਨਿਰਿਆਲਾ ਤੀਰ ਹੈਗਾ, ਇਹ ਤੀਰ ਹੁਣ ਫੋਲਡ ਹੋਇਆ ਹੈ, ਇਹ ਜਿੱਥੇ ਵੀ ਜਾ ਕੇ ਵੜੇਗਾ ਇਹਨੇ ਤੀਰ ਅੱਗੋਂ ਪੰਚ ਹੋਏਗਾ ਅਤੇ ਇਹਨੇ ਤੀਰ ਨੇ ਅੰਦਰ ਜਾ ਕੇ ਖੋਲ ਜਾਣਾ ਆਪਣੇ ਆਪ ਹੀ। ਇਹ ਜਿੱਥੇ ਖੁੱਲ੍ਹੇਗਾ ਉੱਥੋਂ ਦੀ ਇਹ ਵਾਪਸ ਬਾਹਰ ਨਹੀਂ ਆ ਸਕਦਾ, ਇਹਦੇ ਬਸ ਇਹ ਹੈ ਕਿ ਤੀਰ ਛੱਡ ਕੇ ਜਾਣਾ ਪਏਗਾ ਜਾਂ ਦੁਸ਼ਮਣ ਦਾ ਸਾਹ ਲੈ ਕੇ ਬਾਹਰ ਆਏਗਾ। ਦੱਸਦੇ ਆਪਣੀ ਮੌਜੂਦਗੀ ਦੱਸਣ ਵਾਸਤੇ ਤੀਰ ਹੁੰਦਾ, ਕਮਾਨ ਹੁੰਦਾ ਸੀਗਾ, ਇਹਨੂੰ ਕਹਿੰਦੇ ਕੂਕਬਾਣ। ਇਹ ਕੂਕਦਾ ਜਾਂਦਾ ਸੀਗਾ ਕਿ ਅਸੀਂ ਇਸ ਪਾਸੇ ਖਲੋਤੇ ਹਾਂ। ਅੱਜ ਕੱਲ੍ਹ ਇੱਕ ਲੇਜ਼ਰ ਲਾਈਟਾਂ ਆ ਗਈਆਂ ਨੇ ਆਪਣੀ ਮੌਜੂਦਗੀ ਦੱਸਣ ਵਾਸਤੇ, ਕਈ ਮਾਡਰਨ ਤਰੀਕੇ ਚੀਜ਼ਾਂ ਆ ਗਈਆਂ ਇਹਨੂੰ, ਇਹਨੂੰ ਕਹਿੰਦੇ ਕੂਕਬਾਣ। ਇਹ ਜਦੋਂ ਆਪਾਂ ਛੱਡਾਂਗੇ ਇਹਨੇ ਸੀਟੀ ਮਾਰਦੇ ਕੂਕਦੇ ਜਾਣਾ, ਕੂ ਕਰਦੇ ਜਾਣਾ। ਇਹ ਮਤਲਬ ਕਿਸੇ ਨੂੰ ਵੀ ਆਪਣੀ ਪ੍ਰੈਜੈਂਟੇਸ਼ਨ ਦੱਸਣ ਵਾਸਤੇ ਕਿ ਅਸੀਂ ਇੱਧਰ ਖਲੋਤੇ ਹਾਂ, ਇਹ ਕੰਮ ਉਦੋਂ ਆਉਂਦਾ ਸੀਗਾ। ਰਾਤ ਵੇਲੇ ਕਮਾਨ ਨਹੀਂ ਯੂਜ਼ ਕਰ ਸਕਦੇ ਸੀਗੇ, ਉਹ ਉਸੇ ਤਰੀਕੇ ਨਾਲ ਇੱਕ ਲੇਜ਼ਰ ਆ ਗਈ ਹੈ, ਲੇਜ਼ਰ ਲਾਈਟ ਨਾਲ ਲਾ ਦਿੱਤੀ, ਲਾਈਟ ਆ ਗਈ। ਇਹ ਲੇਜ਼ਰ ਜਿਹੜੀ ਹੈ ਇਹ ਜਿੱਥੇ ਟਾਰਗੇਟ ਵੱਜੇਗਾ ਉੱਥੇ ਜਾ ਕੇ ਪੁਆਇੰਟ ਨਜ਼ਰ ਆਏਗਾ, ਜਿਵੇਂ ਆਪ ਜੀ ਦੀ ਕਮੀਜ਼ 'ਤੇ ਨਜ਼ਰ ਆ ਰਿਹਾ ਪੁਆਇੰਟ। ਇਹ ਵੀ 1 ਕਿਲੋਮੀਟਰ ਤੱਕ ਲੇਜ਼ਰ ਚੱਲਦੀ ਹੈ? ਇਹ 500 ਮੀਟਰ ਦੀ ਲੇਜ਼ਰ ਹੈ ਜੀ, 500 ਮੀਟਰ ਦੀ ਲੇਜ਼ਰ ਹੈ, ਕਿਉਂਕਿ ਮਾਰ 500 ਮੀਟਰ ਦੀ ਹੈ, ਤੀਰ ਤਾਂ ਗਾਹਾਂ ਕਿਲੋਮੀਟਰ ਲੰਘ ਗਿਆ। ਵੀ ਸ਼ਸਤਰ ਪਹਿਨੇ ਹੋਏ ਨੇ, ਇਹਨਾਂ ਬਾਰੇ ਵੀ ਜਾਣਕਾਰੀ ਦੇ ਦਿਓ ਥੋੜ੍ਹੀ ਜੀ। ਜਿਵੇਂ ਜੰਗਾਂ ਯੁੱਧਾਂ ਦੇ ਅੰਦਰ ਹੱਥੋਂ ਹੱਥ ਲੜਾਈ ਦੇ ਅੰਦਰ ਵਾਰ ਲੱਗਦੇ ਹੁੰਦੇ ਸੀ ਆਪਸ ਵਿੱਚ, ਅਤੇ ਆਪਸ ਵਿੱਚ ਫੱਟਰ ਹੋ ਜਾਂਦੇ ਸੀ ਵਾਰ ਲੱਗਣ ਤੋਂ ਬਾਅਦ, ਸਾਨੂੰ ਮਾੜੀ ਜਿਹੀ ਕੋਈ ਸੂਈ ਚੁੱਭ ਜਾਵੇ, ਚੀਕਾਂ ਮਾਰਦੇ ਸਾਨੂੰ ਸੂਈ ਚੁੱਭ ਗਈ, ਉਦੋਂ ਤਾਂ ਤੇਗਾਂ ਦੇ ਵਾਰ ਝੇਲਣੇ ਵੀ ਹੁੰਦੇ ਸੀ ਅਤੇ ਮਾਰਨੇ ਵੀ ਹੁੰਦੇ ਸੀਗੇ। ਅਤੇ ਉਸੇ ਪ੍ਰਕਾਰ ਦੀ ਇਹਨੂੰ ਕਹਿੰਦੇ ਸੰਜੋਗ, ਇਹ ਦੁਸ਼ਮਣ ਦੇ ਵਾਰ ਤੋਂ ਸਾਨੂੰ ਬਚਾਉਂਦੀ ਹੁੰਦੀ ਸੀ ਉਸ ਵੇਲੇ। ਅਤੇ ਇਹਦਾ ਜਿਹੜਾ ਭਾਰ ਹੈ, ਇਹਦਾ ਭਾਰ 20 ਕਿਲੋ ਦਾ ਹੈਗਾ,
जो संजोग असी पाई है तो यह दुश्मन के वारा तो सू बचा होंगी सी जिन यह है इनू कहें बाजूबंद दुश्मन के सू हथों हथ लड़ाई भी काम आती सी जो को सू मार के दुश्मन का मूँह तोड़न वास्ते भी काम आती सी दुश्मन का वार बचा वास्ते भी काम आती होंगी सी जे दुमाले के शस्त्र लगे ने इनू कहें अष्टभुजा शस्त्र यह अष्टभुजा शस्त्र का भी कई प्रेमिया के अंदर ना एक थोड़ा जहा दिल भी उन्होंने बलबला हैगा कि गुरु के प्रेमी ने कि असी यह त्रिशूल हैगा त्रिशूल शिवजी का हैगा तो गुरु साहब ने कहा जिते शस्त्र नावंग नमस्कार तावंग जिते अस्त्र भेंग नमस्कार त्यंग असी त्रिशूल क्यों नहीं नमस्कार कर सकते ये गुरु साहब तो असं अगेंस्ट जा रहे हैं जरूर निहंग सिंह जो खिच का केंद्र बने ने वो अपने अस्त्र शस्त्रा के नाल इतने पहुँच रहे थे शस्त्रा के नाल जो करतब जो विखाते हुए दिख रहे हैं।